ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆਏ ਹਾਂ ਵਟਲਸੀ ਦੇ ਟਾਊਨ ਅਤੇ ਆਈ ਜੀ ਏ, ਇਹਦੇ ਵਿੱਚ ਤੁਹਾਨੂੰ ਮਤਲਬ ਦੱਸਾਂਗੇ ਕੀ ਕੁਝ ਮਿਲਦਾ ਖਾਣ ਪੀਣ ਨੂੰ, ਸਭ ਦਾ ਪਤਾ ਜੋ ਵੀ ਆ, ਅਤੇ ਬਾਕੀ ਤੁਹਾਡੇ ਨਾਲ ਜਸ ਗੱਲ ਕਰੂੰਗਾ। ਹਾਂ ਵੀ ਦੱਸੋ, ਆ ਗਏ ਇੱਕ ਵਾਰੀ ਹੋਰ ਅਸੀਂ, ਉੱਦਣ ਤੁਹਾਨੂੰ ਟਾਊਨ ਵਿਖਾਇਆ ਸੀ, ਅੱਜ ਇਸ ਟਾਊਨ 'ਚ ਅਸੀਂ ਸ਼ੋਪਿੰਗ ਤਾਂ ਆਪਦੀ ਕਰਨਾ ਹੈ ਮਾੜੀ ਮੋਟੀ ਸ਼ਾਮ ਦਾ ਪ੍ਰੋਗਰਾਮ, ਅਤੇ ਆ ਪਿੱਛੇ ਮੇਰੇ ਹੈਗਾ ਆਈ ਜੀ ਏ, ਇੱਥੇ ਲਿਖਿਆ ਆਈ ਜੀ ਏ ਪਲੱਸ ਲੀਕਰ, ਇੱਥੋਂ ਸ਼ਰਾਬ ਵੀ ਮਿਲਦੀ ਆ, ਅਤੇ ਬਾਕੀ ਆਪਣਾ ਘਰ ਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਉਹ ਮਿਲਦੀਆਂ, ਅਤੇ ਜਿਹੜਾ ਲੀਕਰ ਵਾਲੀ ਵੀਡੀਓ ਆ ਉਹ ਅਸੀਂ ਪਾਵਾਂਗੇ ਅਗਲੀ ਵੀਡੀਓ 'ਚ, ਸ਼ੋਰਟ ਅਸੀਂ ਲੈ ਲਿਆ ਕਰਕੇ ਫਿਰ ਅੱਗੇ ਬਣਾਵਾਂਗੇ, ਅਤੇ ਬਾਕੀ ਅਗਲਾ ਮਾਹੌਲ ਦੇਖੋ ਆਇਓ, ਬਾਕੀ ਤੁਹਾਨੂੰ ਅੰਦਰ ਦੱਸਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆ ਗਏ ਇੱਕ ਵਾਰੀ ਹੋ ਰਹੇ ਸੀ ਵਿਡੋ ਸੀ ਛੋਟੇ ਜਿਹੇ ਟਾਊਨ 'ਚ, ਅੱਜ ਅਸੀਂ ਸਮਾਨ ਲੈਣਾ ਸੀ, ਮੈਂ ਨਾਲੇ ਵਿਖਾ ਦਈਏ ਵੀ ਕਿੱਦਾਂ ਦਾ ਮਾਹੌਲ ਚੜ੍ਹ ਹੁੰਦਾ ਇੱਥੇ, ਚੀਜ਼ਾਂ ਚੀਜ਼ਾਂ ਲੈਣ ਦਾ ਆ ਜਾਓ ਫਿਰ ਕਿਨਾਂ ਕਰੋ। ਹੈਂ, ਦੁੱਧ ਹੈਗਾ ਖੜਿਆ, ਚਿਕਨ ਲੈਣਾ, ਚੈੱਕ ਕਰੋ ਆ ਲੱਕੀ ਦੀ ਲੱਤ ਵੱਢ ਕੇ ਲੈ ਕੇ ਆਏ ਹਾਂ, ਨਹੀਂ ਵੈਸੇ ਇਹ ਨਾ ਹੈਗੀ ਆ ਗਾਂ ਦੀ, ਗਾਵਾਂ ਖਾਂਦੇ ਨਾ ਪਰ ਅਸੀਂ ਨਹੀਂ ਖਾਂਦੇ, ਅਸੀਂ ਖਾਣਾ ਹੈਗੇ ਆ ਮੀਟ ਮੂਟ, ਆਹ ਵਿਖਾ ਦੇ ਸਾਰੇ ਆਹ ਕੀ ਪਰੌੜੇ ਪਏ ਇਹ, ਅਤੇ ਆਪਾਂ ਅਸੀਂ ਅੱਜ ਘਰ ਜਾ ਕੇ ਕਰਨਾ ਵਾ ਸਿੱਧਾ ਰੱਖ ਗਿਆ ਬ੍ਰਹਮਾਸ, ਅਸੀਂ ਅੱਜ ਨਾ ਘਰ ਜਾ ਕੇ ਬਾਰਬੀਕਿਊ ਕਰਨਾ, ਲੱਕੀ ਬਿਮਾਰ ਆ ਉਹਨੂੰ ਮੀਟ ਦੀ ਤੋੜ ਲੱਗਣ ਦੀ ਆ, ਅਤੇ ਕਹਿੰਦਾ ਚੱਲ ਲੈ ਆਓ ਤੁਹਾਨੂੰ ਪੀ ਲਵਾਂਗੇ ਆਪਾਂ, ਅਤੇ ਆਹ ਮੁਰਗੇ ਚੈੱਕ ਕਰੋ ਅਤੇ ਇਹ ਲੈ ਕੇ ਜਾਣਾ ਵਾ, ਹਾਂ ਮੁਰਗਾ ਲੈ ਜਾਂਦੇ, ਮੁਰਗਾ ਲੈ ਜਾਈਏ, ਅਤੇ ਹੋਰ ਅਤੇ ਹੁਣ ਆਪਾਂ ਲੈ ਕੇ ਜਾਣੇ ਆ ਬਾਰਬੀ ਕਰਨ ਵਾਸਤੇ ਚੌਪਸ, ਚੌਪ ਕਿਹੜੇ ਲੈ ਕੇ ਜਾਣੇ ਆਪਾਂ ਬੱਕਰੇ ਦੇ, ਆ ਜਾਓ ਮਿੱਤਰ ਦੇਖੀਏ ਆ ਰਹੇ ਲੈਮ ਚੌਪ, ਲੈ ਬਣ ਗਈ ਗੱਲ, ਇਹਨੂੰ ਆਪਾਂ ਕਹਿੰਦੇ ਮੈਰੀਨੇਟ ਕਰੇ ਜਾ ਕੇ, ਬਸ ਨੈਟਸ ਨਹੀਂ ਹੋਰ ਦੇਖ ਲਾ ਆਪਣਾ ਬਹੁਤ। ਹਾਂਜੀ ਜੀ, ਉਹ ਸਮਾਨ ਆਪਾਂ ਲੈ ਲਿਆ ਥੋੜ੍ਹਾ ਜਿਹਾ ਆਪਦਾ ਚਿਕਨ ਚੁਕਨ ਖਾਣ ਨੂੰ, ਇਹ ਮੈਂ ਕਿਹਾ ਵਿਖਾ ਘੁੰਮ ਗਏ ਸਾਰਿਆਂ ਨੂੰ ਯਾਰ, ਕਿੱਦਾਂ ਮਿਲਦਾ ਇੱਥੇ ਮਾਹੌਲ ਜਾ, ਇੱਥੇ ਆ ਜੀ ਆਪਣਾ ਕਾਜੂ ਪਿਸਤਾ ਅਤੇ ਆਹ ਸਬਜ਼ੀਆਂ ਆਲੂ ਅਦਕਰ ਲਸਣ, ਨਹੀਂ ਇਹ ਗੰਡਾ, ਇਹ ਗੰਡਾ ਚਿੱਟਾ ਗੰਡਾ, ਹਾਂ ਇਹ ਤਿੰਨ ਤਰ੍ਹਾਂ ਦੇ ਤੁਹਾਨੂੰ ਗੰਡੇ ਇੱਥੇ ਮਿਲਣਗੇ ਵੇਖਣ ਨੂੰ, ਚਿੱਟੇ ਲਾਲ ਆ ਵੀ ਚਿੱਟੇ ਆ ਪਤਾ ਨਹੀਂ ਕਿਹੜੇ, ਇੱਕ ਆ ਚੌਥੀ ਤਰ੍ਹਾਂ ਦਾ, ਆਹ ਚੌਥੀ ਤਰ੍ਹਾਂ ਦਾ ਵੇਖ ਲਓ ਵੀ, ਇਹ ਵੱਖੋ ਵੱਖ ਚੀਜ਼ਾਂ ਇਹਦੇ ਹੈ, ਆਹ ਪੀਜ਼ੇ ਆ ਜੀ ਆਪਣਾ ਮੈਰੀਨੇਟ, ਮੈਰੀਨੇਟ ਆਖਣ ਡਿਆ ਫਰੋਜ਼ਨ, ਫਰੋਜ਼ਨ ਪੀਜ਼ੇ, ਇਹ ਤੁਸੀਂ ਗਰਮ ਕਰਕੇ ਖਾ ਸਕਦੇ ਜੀ, ਆਹ ਸਬਜ਼ੀਆਂ ਵਾ ਆ ਗੋਭੀ ਆ ਜੋ ਵੀ ਆ ਸਾਰੇ, ਆ ਪਾਲਕ ਧਨੀਆ ਸਾਰਾ ਕੁਛ ਤੁਹਾਨੂੰ, ਆ ਸਲਾਦ ਵੀ ਤੁਹਾਨੂੰ ਮਤਲਬ ਕੱਟਿਆ ਕਟਾਇਆ।